ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੋਸਤੋ, ਅੱਜ ਗੱਲ ਕਰਾਂਗੇ ਇੱਕ ਇਹੋ ਜਿਹੇ ਦੇਸ਼ ਦੀ ਜੋ ਬਹੁਤ ਹੀ ਅਮੀਰ ਹੈ ਅਤੇ ਨਾਲ ਹੀ ਦੁਨੀਆ ਦੇ ਦੂਜੇ ਨੰਬਰ 'ਤੇ ਆਉਣ ਵਾਲਾ ਛੋਟਾ ਮੁਲਕ ਹੈ। ਇਹ ਇੰਨਾ ਕੁ ਛੋਟਾ ਹੈ ਕਿ ਤੁਸੀਂ ਇਸ ਨੂੰ 2 ਘੰਟੇ ਵਿੱਚ ਸਾਰਾ ਘੁੰਮ ਸਕਦੇ ਹੋ। ਇਹ ਦੇਸ਼ ਸਿਰਫ 2 ਕਿਲੋਮੀਟਰ ਵਿੱਚ ਹੀ ਹੈ। ਦੋਸਤੋ, ਅੱਗੇ ਵਧਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਕਰਦਾ ਹਾਂ, ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸਾਡੇ ਚੈਨਲ ਦੇ ਵਿੱਚ ਹਮੇਸ਼ਾ ਹੀ ਜੋ ਵੀ ਜਾਣਕਾਰੀ ਹੁੰਦੀ ਆ ਦੇਸ਼ ਵਿਦੇਸ਼ ਬਾਰੇ ਹੁੰਦੀ ਆ, ਨਵੀਂ ਅਪਡੇਟ ਜੋ ਕਿ ਸਾਈਪ੍ਰਸ ਬਾਰੇ ਹੁੰਦੀ ਆ, ਸਾਈਪ੍ਰਸ ਦੇ ਵਰਕ ਵੀਜ਼ੇ ਬਾਰੇ ਹੁੰਦੀ ਆ, ਸਟੂਡੈਂਟ ਵੀਜ਼ੇ ਬਾਰੇ ਹੁੰਦੀ ਆ। ਸੋ ਦੋਸਤੋ, ਇਹਨਾਂ ਸਾਰੀਆਂ ਵੀਡੀਓ ਨੂੰ ਦੇਖਣ ਵਾਸਤੇ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਬਿੱਲ ਵਾਲੇ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਕੇ ਅਨੇਬਲ ਕਰ ਲੈਣਾ। ਸੋ ਦੋਸਤੋ, ਅੱਗੇ ਗੱਲ ਕਰਦੇ ਹਾਂ ਇਸ ਮੁਲਕ ਬਾਰੇ। ਸੋ ਦੋਸਤੋ, ਇਸ ਮੁਲਕ ਦਾ ਨਾਂ ਹੈ ਮੋਨਾਕੋ। ਇਸ ਦੀ ਆਬਾਦੀ ਤਕਰੀਬਨ 38,695 ਦੇ ਕਰੀਬ ਹੈ। ਇਸ ਦੀ ਕਰੰਸੀ ਯੂਰੋ ਹੈ। ਇੱਥੇ ਬਹੁਤ ਸਾਰੇ ਅਮੀਰ ਲੋਕ ਰਹਿੰਦੇ ਹਨ। ਇਹ ਤਾਂ ਅਮੀਰਾਂ ਲੋਕਾਂ ਦਾ ਹੀ ਵਸਾਇਆ ਹੋਇਆ ਸ਼ਹਿਰ ਹੈ। ਇਹ ਇੱਕ ਟੈਕਸ ਫਰੀ ਕੰਟਰੀ ਹੈ, ਇੱਥੇ ਕੋਈ ਟੈਕਸ ਨਹੀਂ ਹੈ। ਇੱਥੇ ਬਹੁਤ ਲੋਕ ਘੁੰਮਣ ਆਉਂਦੇ ਹਨ। ਇਹ ਟੂਰਿਸਟ ਵਾਸਤੇ ਬਹੁਤ ਹੀ ਵਧੀਆ ਮੁਲਕ ਹੈ। ਇੱਥੇ ਬਹੁਤ ਸਾਰੇ ਕਸੀਨੋ ਹਨ। ਇਸ ਕੰਟਰੀ ਦੇ ਸਾਰਾ ਕੰਟਰੋਲ ਫਰਾਂਸ ਦਾ ਹੈ। ਜੇਕਰ ਦੋਸਤੋ ਤੁਸੀਂ ਵੀ ਇੱਥੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਫਰਾਂਸ ਦਾ ਇੱਕ ਸ਼ਹਿਰ ਹੈ ਜਿਸ ਦਾ ਨਾਂ ਹੈ ਨਿਸ਼। ਤੁਹਾਨੂੰ ਇਸ ਨਿਸ਼ ਸ਼ਹਿਰ ਤੋਂ ਟ੍ਰੇਨ ਮਿਲੇਗੀ ਜੋ ਕਿ 25 ਮਿੰਟ ਦੇ ਵਿੱਚ ਤੁਹਾਨੂੰ ਇਸ ਕੰਟਰੀ ਦੇ ਵਿੱਚ ਪਹੁੰਚਾ ਦੇਵੇਗੀ। ਸੋ ਦੋਸਤੋ, ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ, ਰੱਬ ਰਾਖਾ।